लोकरण चैनल पंजाबी दे खास प्रोग्राम सीधे सवाल दे विच तुहाडा मैं गुरजिंद सिंह पंगू स्वागत करदा। दर्शकों जो पंजाब दे सियासी हालात बने हुए ने, खास करके कांग्रेस पार्टी दी जो आपसी खानाजंगी है वह रुकण दा बिल्कुल ना नहीं लै रही। कुछ दिन पहला लगता सी जदों नवजोत सिंह सिद्धू कांग्रेस दे प्रधान बन के दिल्ली तों आए सी कि हुण ठल पै सकदी है। ते कांग्रेस दे पूरे तमाम मसले ते गलबात करन दे लई साडे नाल सियासी माहिर मालविंदर सिंह मालिक ने। मालिक साहब तुहाडा बहुत बहुत स्वागत है जी लोकरण चैनल पंजाबी ते। सति श्री अकाल जी। ਮਾਲੀ ਸਾਹਿਬ, ਜੋ ਇਹ ਕਾਂਗਰਸ ਦਾ ਆਪਸੀ ਕਾਟੋ ਕੁਲੇ ਚਾ ਪੈ ਗਿਆ, ਜਦੋਂ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਕੇ ਹੁਣ ਠੱਲ ਪੈ ਸਕਦੀ ਹੈ, ਪਰ ਕਿਤੇ ਨਾ ਕਿਤੇ ਅੰਦਰ ਤਾਂ ਚਿੰਗਾਰੀ ਸੁਲਗਦੀ ਸੀ ਕਾਂਗਰਸ ਪਾਰਟੀ ਦੇ, ਤੇ ਹੋਈ ਹੁਣ ਭਾਂਬੜ ਬਣ ਕੇ ਫਿਰ ਮੱਚ ਪਈ। ਨਹੀਂ, ਅਸਲ ਦੇ ਵਿੱਚ ਭਾਂਬੜ ਬਣਨ ਵਾਲੀ ਤਾਂ ਕੋਈ ਗੱਲ ਨਹੀਂ। ਇੱਕ ਕਾਂਗਰਸ ਦਾ ਆਪਦਾ ਕਲਚਰ ਆ ਪਾਰਟੀ ਦਾ, ਉਹਦੇ ਹਿਸਾਬ ਨਾਲ ਉਹ ਮਸਲਿਆਂ ਨੂੰ ਹੱਲ ਕਰਦੇ ਨੇ, ਡੀਲ ਕਰਦੇ ਨੇ, ਸੰਕੇਤ ਦਿੰਦੇ ਨੇ, ਕਈ ਵਾਰ ਰਵਾਂ ਉਹਦੇ ਅਨੁਸਾਰ ਹੋ ਜਾਂਦਾ, ਕਈ ਵਾਰ ਵੱਡੀ ਅੜਚਣ ਖੜੀ ਹੋ ਜਾਂਦੀ ਹੈ। ਹੁਣ ਤੁਸੀਂ ਇਹ ਦੇਖੋ ਵੀ ਕਾਂਗਰਸ ਪਾਰਟੀ 1831 ਪ੍ਰੋਗਰਾਮ ਦਿੰਦੀ ਆ, ਕੰਮ ਕਰ, ਮਤਲਬ ਕੰਮ ਕਰਨ ਵਾਲਾ, ਵਿਆਹ ਕੰਮ ਕਰਨ ਵਾਲੇ ਨੇ ਜੀ। ਪੰਜਾਬ ਕਾਂਗਰਸ ਦਿੰਦੀ ਆ 1831 ਪ੍ਰੋਗਰਾਮ। ਫਿਰ ਵੱਡੀ ਪੱਧਰ 'ਤੇ ਚਰਚਾ ਇਹ ਆ ਵੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਅਪ ਟੂ ਮਾਰਕ ਹੈ ਨਹੀਂ। ਇਹ ਸਾਰੇ ਕਹੇ ਦੇ ਬਾਵਜੂਦ ਤੁਸੀਂ ਦਾਅਵਾ ਇਹ ਕਰਦੇ ਹੋ ਵੀ ਮੈਂ ਤਾਂ ਹਿੰਦੁਸਤਾਨ ਦੇ ਵਿੱਚ ਵਾਅਦੇ ਪੂਰੇ ਕਰਨ ਦਾ ਇਤਿਹਾਸ ਸਿਰਜਤਾ। ਚੰਦਰ ਬਾਬੂ ਨਾਇਡੂ ਦਾ 73% ਵਾਲਾ ਤੋੜਤਾ, ਮੈਂ 93 ਕਰਤੇ, 95 ਕਰ ਦੂੰ, ਹੁਣ 98 ਵੀ ਕਹੀ ਜਾਂਦਾ। ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਫਿਰ ਉਹ ਟਕਰਾਅ ਜਿਹੜਾ ਵੱਧਦਾ, ਕਿਉਂਕਿ ਕਾਂਗਰਸ ਆ ਜਿਹੜੀ ਉਹ ਚਾਹੁੰਦੀ ਆ ਪੀੜ੍ਹੀ ਬਦਲਦੀ ਇੱਕ ਸਿਆਸਤ ਆ। ਇੱਕ ਜਿਵੇਂ ਅਮਰਿੰਦਰ ਦੀ ਕਾਰਗੁਜ਼ਾਰੀ ਆ, ਉਹਨਾਂ ਨੂੰ ਲੱਗਦਾ ਕਾਰਗੁਜ਼ਾਰੀ ਦੇ ਆਸਰੇ 22 ਦੀ ਚੋਣਾਂ 'ਚ ਨਹੀਂ ਜਾਇਆ ਜਾ ਸਕਦਾ। ਇਸ ਕਰਕੇ ਜਾਂ ਤਾਂ ਵਾਅਦੇ ਪੂਰੇ ਕਰੋ ਜਾਂ ਕੁਛ ਨਵੀਆਂ ਗੱਲਾਂ ਉਹ ਲੈ ਕੇ ਆਓ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਹੁੰਗਾਰਾ ਦੇਵੇ, ਲੋਕ ਹੁੰਗਾਰਾ ਦੇਣ। ਉਸ ਪ੍ਰਸੰਗ 'ਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨੂੰ ਮਾਨਤਾ ਦਿੱਤੀ ਆ, ਉਹਨੂੰ ਅਹੁਦਾ ਦਿੱਤਾ। ਹੁਣ ਇੱਥੇ ਸਿਚੁਏਸ਼ਨ ਤਾਂ ਇਹ ਬਣਦੀ ਸੀ ਜੇ ਸਿਆਣਪ ਕਰਦਾ ਕੈਪਟਨ ਅਮਰਿੰਦਰ ਸਿੰਘ, ਉਹ ਸਿੱਧੂ ਨਾਲ ਮਿਲ ਕੇ ਚੱਲਦਾ। ਉਹਨੇ ਸ਼ੁਰੂ ਤੋਂ ਹੀ ਖੜਕਾ ਦੜਕਾ ਸ਼ੁਰੂ ਕਰ ਲਿਆ, ਮਤਲਬ ਮੈਂ ਦਰਵਾਜ਼ੇ ਬੰਦ ਨੇ ਜੀ, ਮਤਲਬ ਮੈਂ ਇਹਨੂੰ ਮਿਲਣਾ ਨਹੀਂ, ਮਾਫ਼ੀ ਮੰਗੇ, ਮੇਰੇ ਨਾਲ ਚੋਣ ਲੜ ਕੇ ਦੇਖ ਲਏ। ਹੁਣ ਉਹਨੂੰ ਇਹ ਸਮਝਣਾ ਤਾਂ ਚਾਹੀਦਾ ਵੀ ਸਿਚੁਏਸ਼ਨ ਬਾਹਰ ਹਾਲਾਤ ਬਹੁਤ ਬਦਲ ਗਏ। ਜੇ ਉਹਨੂੰ ਪ੍ਰਧਾਨ ਬਣਨ ਦੇ ਨਾਲ ਐਡਾ ਵੱਡਾ ਹੁੰਗਾਰਾ ਮਿਲਿਆ ਕਾਂਗਰਸ ਵੱਲੋਂ, ਲੋਕਾਂ ਵੱਲੋਂ ਵੀ ਮਿਲਿਆ, ਅਸਲ 'ਚ ਕੈਪਟਨ ਨੂੰ ਸਿੱਧੂ ਨਾਲ ਮਿਲ ਕੇ ਚੱਲਣਾ ਚਾਹੀਦਾ ਸੀ। ਮਿਲ ਕੇ ਚੱਲਣ ਦਾ ਮੈਂ ਵੀ ਹਾਮੀ ਸੀ, ਮੈਂ ਵੀ ਇਹ ਕਹਿੰਦਾ ਰਿਹਾ। ਪਰ ਅੱਜ ਤੋਂ ਤਕਰੀਬਨ ਮਹੀਨਾ ਪਹਿਲਾਂ ਤੁਹਾਡੇ ਵਰਗੇ ਨੇ ਮੈਨੂੰ ਸਵਾਲ ਪੁੱਛਿਆ, ਮੈਂ ਵੀ ਨਹੀਂ, ਮੈਨੂੰ ਲੱਗਦਾ ਨਹੀਂ ਵੀ ਇਹ ਮੁੱਖ ਮੰਤਰੀ ਰਹਿਣ ਦੇ ਲੱਛਣ ਨੇ। ਫਿਰ ਦੂਜਾ ਸਵਾਲ ਪੁੱਛਿਆ ਕਿ ਸਿੱਧੂ ਨੂੰ ਮੁੱਖ ਮੰਤਰੀ ਦੇਖਣਾ ਚਾਹੂ ਕੈਪਟਨ, ਮੈਂ ਕਿਹਾ ਵੀ ਇਹਦੇ ਨਾਲੋਂ ਤਾਂ ਉਹ ਸੁਖਬੀਰ ਨੂੰ ਦੇਖਣਾ ਚਾਹੂ ਜੋ ਉਹਦੇ ਕੰਮ ਕਰਨ ਲੱਗਦੇ ਨੇ। ਸੋ ਇਸ ਕਰਕੇ ਦੇਖੋ, ਇਹ ਪਹਿਲਾਂ ਵੀ ਗੱਲ ਤੁਰੀ ਸੀ, ਜਿਹੜੀ ਪਹਿਲੀ ਮੀਟਿੰਗ ਹੋਈ ਸੀ ਕਾਂਗਰਸੀ ਵਿਧਾਇਕਾਂ ਦੀ ਤ੍ਰਿਪਤ ਦੇ ਘਰ, ਉੱਥੇ ਵੀ ਉਹਨਾਂ ਨੇ ਇਹੀ ਪੈਂਤੜਾ ਲਿਆ ਸੀ ਵੀ ਸਾਨੂੰ ਇਹ 'ਤੇ ਬੇਭਰੋਸਗੀ ਆ, ਇਹ ਵਾਅਦੇ ਪੂਰੇ ਨਹੀਂ ਕਰ ਰਿਹਾ, ਜੋ ਕੰਮ ਦਿੱਤਾ ਹੋਇਆ ਉਹ ਨਹੀਂ ਕਰ ਰਿਹਾ, ਇਸ ਕਰਕੇ ਅਸੀਂ ਹਾਈ ਕਮਾਂਡ ਨੂੰ ਮਿਲਾਂਗੇ। ਫਿਰ ਸਵਾਲ ਪੁੱਛਿਆ ਗਿਆ ਤੁਸੀਂ ਇਹਨੂੰ ਬਦਲਣ ਦੀ ਮੰਗ ਕਰੋਗੇ, ਉਹ ਕਹਿੰਦੇ ਇਹ ਹਾਈ ਕਮਾਂਡ ਨੇ ਦੇਖਣਾ। ਪਰ ਉਹਨੂੰ ਟਿਲਟ ਦੇ ਤਾ, ਮਤਲਬ ਤ੍ਰਿਪਤ ਬਾਜਵਾਜੀ ਬੋਲ ਗਏ ਤੇ ਉਹਨੂੰ ਇਹ ਬਣਾਤਾ ਵੀ ਲਾਹੌਣ ਦੀ ਮੁਹਿੰਮ ਸ਼ੁਰੂ ਹੋ ਗਈ, ਜਿਹਦੇ ਵਿੱਚੋਂ ਜਿਹੜੇ ਮੀਟਿੰਗ 'ਚ ਗਏ ਹੋਏ ਸੀ ਬੰਦੇ ਉਹ ਵੀ 5-7 ਤੋੜ ਲਏ, ਇੱਕ ਵਿਕਟ ਗਿਰੀ, ਦੂਜੀ ਗਿਰੀ, ਕਿਉਂਕਿ ਲਾਹੌਣ ਦਾ ਤਾਂ ਫੈਸਲਾ ਹੋਇਆ ਨਹੀਂ ਸੀ। ਅਤੇ ਉਸ ਤੋਂ ਬਾਅਦ ਮੁੜ ਕੇ ਫਿਰ ਇੱਕ ਮੌਕਾ ਦਿੱਤਾ, ਕਾਂਗਰਸ ਹਾਈ ਕਮਾਂਡ ਚਾਹੁੰਦੀ ਸੀ, ਜੋ ਮੈਂ ਮਹਿਸੂਸ ਕਰਦਾ ਵੀ ਯਾਰ ਜੇ ਮਿਲ ਕੇ ਚੱਲਣ ਜਿੰਨੀ ਵੀ ਤਾਕਤ ਅਮਰਿੰਦਰ ਦੀ ਆ ਉਹ, ਜਦੋਂ ਉਹਨਾਂ ਨੂੰ ਪੱਕੇ ਹੀ ਪਤਾ ਲੱਗ ਗਿਆ ਵੀ ਇਹ ਅਸਲ 'ਚ ਕਾਂਗਰਸ ਦੀ ਬਣ ਰਹੀ ਖੀਰ 'ਤੇ ਸਵਾਹ ਭੁੱਕਣ 'ਤੇ ਲੱਗਿਆ ਹੋਇਆ, ਫਿਰ ਐਮਰਜੈਂਸੀ ਕਦਮ ਲਿਆ ਜੀ ਉਹਨਾਂ ਨੇ। ਕਿਉਂਕਿ ਇਸ ਤਰ੍ਹਾਂ ਦਾ ਕਦਮ ਕੋਈ ਆਮ ਕਦਮ ਤਾਂ ਹੈ ਨਹੀਂ। ਤੁਸੀਂ ਰਾਤ ਨੂੰ 12:30 ਟਵੀਟ ਕਰਦੇ ਹੋ, ਮਤਲਬ ਜਿਹਦੇ ਵੱਲ ਕਿਸੇ ਨੂੰ ਨਹੀਂ ਪਤਾ, ਉਦੋਂ ਪਹਿਲਾਂ ਇੱਕ ਚਿੱਠੀ ਲਿਖੀ ਜਾਂਦੀ ਆ, ਉਹਦੇ ਬਾਰੇ ਪੁੱਛਿਆ ਜਾਂਦਾ, ਰੰਧਾਵੇ ਨੂੰ ਪੁੱਛਿਆ ਜਾਂਦਾ, ਭੱਜ ਕੇ ਪੈਂਦਾ ਉਹ ਪ੍ਰੈਸ ਵਾਲਿਆਂ ਨੂੰ, ਜਿਹਦਾ ਮਤਲਬ ਚਾਹੁੰਦੇ ਸੀ ਵੀ ਇਹ। ਫਿਰ ਮੈਨੂੰ ਲੱਗਦਾ ਟੋਟਲ ਸਹਿਮਤੀ ਨਾਲੇ ਪਲਾਨਿੰਗ ਇਹ ਹੋਈ ਆ ਜਿਹਦੇ ਕਰਕੇ ਮੀਟਿੰਗ ਸੱਦੀ ਆ। ਦੇਖੋ ਮੇਰੇ, ਮੈਂ ਕਾਂਗਰਸ ਦੀ ਅੰਦਰੂਨੀ ਕੀ ਕੰਮ ਚੱਲਦੀ ਆ ਇਹਨਾਂ ਬਾਰੇ ਮੇਰੀ ਕੋਈ ਬਾਹਲੀ ਜਾਣਕਾਰੀ ਨਹੀਂ ਹੈ। ਠੀਕ ਆ, ਸਿੱਧੂ ਸਾਹਿਬ ਨਾਲ ਮੇਰੀ ਗੱਲਬਾਤ ਹੋ ਜਾਂਦੀ ਹੈ ਪੰਜਾਬ ਬਾਰੇ, ਏਜੰਡੇ ਬਾਰੇ, ਕੁਛ ਗੱਲਾਂ ਬਾਰੇ, ਪਰ ਮੈਨੂੰ ਇਹ ਲੱਗਦਾ ਵੀ ਜੇ ਬਦਲੇ ਜਾਂਦੇ ਨੇ, ਦੇਖੋ ਉਹਦੇ ਵਿੱਚੋਂ ਸਭ ਤੋਂ ਵੱਡਾ ਤਾਂ ਸਵਾਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣੂ। ਮੇਰਾ ਆਪਦਾ ਜਾਇਜ਼ਾ, ਮਤਲਬ ਠੀਕ ਗਲਤ ਮੈਂ ਨਹੀਂ ਕਹਿ ਸਕਦਾ ਵੀ ਉਹ ਨਹੀਂ ਬਣਨਗੇ। ਉਹਦਾ ਕਾਰਨ ਇਹ ਆ ਕਿਉਂਕਿ ਜਿਹੜੀ 4.5 ਸਾਲ ਦੀ ਨਿਖਿੱਧ ਕਾਰਗੁਜ਼ਾਰੀ ਆ ਉਹ 3 ਮਹੀਨਿਆਂ 'ਚ ਸੂਤ ਨਹੀਂ ਕੀਤੀ ਜਾ ਸਕਦੀ। ਕੁਛ ਇਹੋ ਜਿਹੇ ਸਟੈਪ ਤਾਂ ਲਏ ਜਾ ਸਕਦੇ ਨੇ ਜਿਹਦੇ ਨਾਲ ਲੋਕਾਂ ਦਾ ਸਿੱਧੂ 'ਤੇ ਜਾਂ ਉਹ 'ਤੇ ਵਿਸ਼ਵਾਸ ਵੱਧ ਜੇ, ਕਿਉਂਕਿ ਨਵੀਂ ਸਰਕਾਰ ਆਪਾਂ ਉਹਨੂੰ ਵੀ 6 ਮਹੀਨੇ ਦਿੰਦੇ ਹਾਂ, ਹੁਣ ਤਾਂ 1.5-3 ਨੇ ਸਾਡੇ ਕਾਂਗਰਸ ਦੇ ਕੋਲ ਕੁਛ ਕਰਨ ਨੂੰ। ਸੋ ਇਸ ਕਰਕੇ ਦੂਜਾ ਚਿਹਰਾ ਵੀ ਹੋ ਸਕਦਾ, ਉਹ ਜਾਖੜ ਸਾਹਿਬ ਵੀ ਹੋ ਸਕਦੇ ਆ, ਰੰਧਾਵਾ ਸਾਹਿਬ ਵੀ ਹੋ ਸਕਦੇ ਆ,
तृप्त भी हो सकता। जो कुछ गल्लां होर चलदियां ने भी शायद अमरिंदर कैंप चों किसे नूं मुख्यमंत्री बना देण, मैनूं लगदा फिर वो एडे वड्डे स्टैप लैण दा कोई फायदा नहीं होना। मतलब वो क्योंकि जिहड़ी दो तरह का विरोध आ ना जी कैप्टन का, एक तो उहदी कारगुजारी का, एक उहदी कार्यशैली का, तो एक नवे मुद्दे जिहड़े नवे विचार ने प्रगट ते नवजोत सिंह सिद्धू प्रगट कर रहे ने एक उहनां नूं आ। सो इस करके मैं इहदे नाल पक्क नाल तां नहीं कह सकदा भी किहड़ा मुख्यमंत्री बणू, पर जे तब्दीली हो जाती है कांग्रेस के फायदे च हो। जेकर सुनील जाखड़ तो बाद गल की जाए जो बाद दी लॉबी है रंधावा होने हो गए बाजवा होरी हो गए, तो जेकर उन्हां चों ऑल ओवर सारे जो किसी मुख्यमंत्री लाया जाता तो फिर ना कि ना कि जो बराबर के लाओगे कि फिर कलेश का घर बनूगा। नहीं नहीं मैनूं लगता यह संभावना है नहीं, क्योंकि हुण तां थोड़े मोटे काम करन वाले आ उन्हां के कुछ होना। नवजोत सिंह सिद्धू मैनूं लगता नवीं पारी च आऊ, नवे पत्तियां ते आऊ, नवीं खेड ते आऊ, क्योंकि उहदा ना प्रवचन बड़ा वरतांत बड़ा करतारपुर साहब लांघे तो लैके मुद्दों की सियासत नीतियां बदल की गल, फिर लांघे जिहड़े करप्शन के लांघे ने वह भन्न की गल, तो शराब की कारपोरेशन की गल आ, सेंड की कारपोरेशन की गल आ। सो मैनू ये लगता भी वह फिर जदों देखो हाले तो सारी पार्टी अमरिंदर के खिलाफ तो हैगी आ, पर यह कहना भी सारी पार्टी ने सिद्धू के विचारा प्रगट के विचारा आत्मसात कर लिया, एक अमल चलना, इस अमल के दौरान फिर जी शक्ति बनती है उदों फिर तुहाडे कोल गद्दी आवे, फिर उदों फिर अफसरशाही भी सैट हो जाती है। हुण 5 साल तो अफसरशाही ने राज कीता, इन्ना चिर च बिगड़ी हुई अफसरशाही नूं सूत करना भी औखा, फिर तुसीं इसे कम च लंघ जाओ, बदलता लाता इहदा कुछ करना पऊ, क्योंकि हर एक एडिशन अपने ए जी ते सवाल उठे हुए ने, मतलब डी जी पी ते सवाल उठे हुए ने, मुख सकत्तर ते सवाल उठे हुए ने सारिआं ते। सो इस करके टैंपरेरी ये आप कहते एक वक्ती तौर पर कांग्रेस को राहत मिल सकती है 22 दीआं चोणां च होर मजबूती नाल कुद्दण दी। मालिक साहब 22 दीआं चोणां च तुहानूं पूर्ण उम्मीद है कि नवजोत सिंह सिद्धू दे ओह कलावे च ही लड़ी जाणगीआं कांग्रेस हुंदे, मैनूं इही लगदा जी कांग्रेस कोले होर कोई राह नहीं, नवजोत सिंह सिद्धू दे पैंतड़े ती लड़ियां जाणगीआं। जे उहनां ने सरकार बनाउणी आ जां कंपीटीशन, सरकार किहदी बणू अज कोई बड़ा दावा नहीं कर सकता। केरां तां कांग्रेस दी बहुत बल्ले बल्ले हो गई सी जदों सिद्धू आया तुहाडे सामणे आ, पर जदों फिर कैप्टन खीर ते सवाह पुक्कण लग गया जां हाई कमांड दो चित्ती च आ गई, मतलब उहदे नाल तुहानूं पता लग गया रात दा इत्थे बयान होर हुंदा सी उधर जाके होर, उह दुबधा वाली स्थिति सी। मैनूं लगदा वी कांग्रेस ने हुण उह दुबधा दूर करन वाली, जिवें कहिंदे ने हो कत्तर मिलो मेरे भाई दुविधा दूर करो ले बुलाई, एक बार उन्हें दुविधा दूर करने का फैसला कर लिया। किमें होंगी किन्नी होंगी ये आने वाले समय पता लग जाएगी। तुसीं गल कीती सी कि कांग्रेस का यह कल्चर है कि पंजाब भी खास करके हाँ तुसीं भट्ठल का देख लो, उस तो बाद प्रताप सिंह बाजवा होर देख लो, कितना कि हूँ कैप्टन अमरिंदर सिंह मसल दिख है हाई कमांड कि ऐ तो नहीं सोचती कि जिमें पंजाब कांग्रेस ने बड़े वे पद्धर उत्ते सीटा जीतिया सी ते होर हिंदुस्तान दे विच इस लैवल ते नहीं सी, हाई कमांड डरदी हुई तां नहीं किते काटो कोले छपाके रख दी कि पंजाब दे विच कोई लीडर उठ के वड्डा फेस ना बन जाए हाई कमांड नहीं दुद्धा ते जरा भी तुसीं देखो ना हाई कमांड ने जिथे लीडरशिप बदलन दी लोड़ सी उत्थे दुबधा दिखाई, उहदा नुकसान किड्डा होया। आंध्रा प्रदेश जगन मोहन रेड्डी सी उहनूं बना दिंदे रहना चाहुंदा सी उहनूं कढ़िया वह मुख्यमंत्री बन गया कांग्रेस का सफाया। मध्य प्रदेश च तुसीं सिंधिया नूं कमान देण दी थां कमलनाथ नूं देती, उहदे नाल की होया सरकार गई। राजस्थान च जांदी जांदी बची आ, चलो इत्थे सरकार तां किते नहीं जांदी सी, पर सरकार कांग्रेस खातर ये जरूरी आ कि पंजाब चोणां उह जित्तण, क्योंकि कांग्रेस ने मुल्क दे विच मुड़ उभरना। पर इहदे खातर कांग्रेस हाई कमांड नूं भी आपा फरोलना पैणा, आपदे आप ते झात मारनी पैणी आ, बहुत पिछले तजर्बे तो तब्दीलियां दे तजर्बे तो सीखना पैणा। ते उहदे विच्चों वड्डी गल इह आ जिहड़ियां रीजनल पार्टियां ने जो सूबाई इकाइयां ने उन्हां दियां भावनावां नूं जिवें उह पहलां भी दिंदे सी वजन, क्योंकि हुण तक तां लोकल लीडरशिप नूं कुचलदे आए ने। मैं कई बार कह दिंदा हुंदा भी हाई कमांडां ने जिहड़ियां बच्चे खाणियां सप्पणियां ने पता नहीं किहदा गल कदों वढ देण, तुसीं देख लो आप दे विच की होया होरां च की होया। कांग्रेस नूं भी आपदे आप नूं सुधारना पैणा, रीडिस्कवर करना पैणा जिहनूं आपां कहिंदे आ, ते उहनूं भी फैडरलिज़म दे एंगल तों जिन्ना कु उहदी समर्था च है उहनूं हंगारा देना पैणा। फिर मैनूं इह लगदा भी इस मामले च काटो कलेश हुण नहीं रहिणा जी, निपट जाणा। मालिक साहब इक गल होर
ਜੋ ਪੰਜਾਬ ਦੇ ਹੁਣ ਦੋ ਧੜੇ ਬਣੇ ਹੋਏ ਨੇ, ਸਿੱਧੂ ਧੜਾ ਅਤੇ ਆਪਣਾ ਕੈਪਟਨ ਖੇਮਾ, ਕੀ ਐਂ ਵੀ ਹੋ ਸਕਦਾ ਜੋ ਸੈਂਟਰ ਦੀ ਹਾਈ ਕਮਾਂਡ ਹੈ ਉਹ ਵੀ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਹੋਵੇ, ਜਿਵੇਂ ਕਿਹਾ ਜਾਂਦਾ ਕਿ ਇੱਕ ਧੜਾ ਸੋਨੀਆ ਗਾਂਧੀ ਨਾਲ ਸੰਬੰਧਿਤ ਹੈ, ਦੂਜਾ ਰਾਹੁਲ ਗਾਂਧੀ ਪ੍ਰਿਯੰਕਾ ਦੇ ਨਾਲ ਸੰਬੰਧਿਤ ਹੈ, ਕੀ ਉੱਥੇ ਦੋ ਹਾਈ ਕਮਾਂਡ ਤੋਂ ਫਾੜ ਹੋਣ ਕਰਕੇ ਉੱਪਰ ਸੈਂਟਰ ਹਾਈ ਕਮਾਂਡ ਹੋਣ ਕਰਕੇ ਇਸ ਕਰਕੇ ਪੰਜਾਬ 'ਚ ਗੱਡੋਗੋਲੇ 'ਚ ਪੈਂਦਾ? ਨਹੀਂ, ਇਹ ਮੈਨੂੰ ਦੇਖੋ ਇਹਦੇ ਬਾਰੇ ਜਾਣਕਾਰੀ ਨਹੀਂ, ਉਹ ਜਨਰਲੀ ਪਰਸੈਪਸ਼ਨ ਇਹ ਬਣੀ ਆ ਵੀ ਸੋਨੀਆ ਗਾਂਧੀ ਦਾ ਸੌਫਟ ਕੋਰਨ ਰਿਹਾ ਪ੍ਰਿਯੰਕਾ ਅਤੇ ਉਹ, ਜਾਂ ਈਵਨ ਜਿਹੜਾ ਉਹ ਪ੍ਰਸ਼ਾਂਤ ਕਿਸ਼ੋਰ ਆ, ਉਹਨਾਂ ਨੂੰ ਜਿਹੜੀਆਂ ਗਰਾਊਂਡ ਰਿਪੋਰਟਾਂ ਮਿਲੀਆਂ ਨੇ ਜਾਂ ਜਿਵੇਂ ਉਹ ਸੋਚਦੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਬਦਲੇ ਬਿਨਾਂ ਕੰਮ ਨਹੀਂ ਚੱਲਣਾ। ਬਾਕੀ ਦੇਖੋ ਹਰ ਇੱਕ ਪਾਰਟੀ 'ਚ ਮਤਭੇਦ ਨੇ, G23 ਉਹਨਾਂ ਦਾ ਵੀ ਬਣਿਆ ਹੋਇਆ ਜਿਹੜੇ ਹਾਈਕਮਾਂਡ ਨੂੰ ਚਿੱਠੀਆਂ ਲਿਖਦੇ ਨੇ। ਦੂਜਾ ਪੰਜਾਬ ਦੇ ਵਿੱਚ ਨਾ ਜੀ ਅਸਲ 'ਚ ਧੜੇਬੰਦੀ ਹੈ ਨਹੀਂ, ਕੈਪਟਨ ਆ, ਕੈਪਟਨ ਦਾ ਇੱਕ ਖੇਮਾ ਉਹਦੇ ਨਾਲ ਜੁੜਦੇ ਟੁੱਟਦੇ ਨੇ, ਬਾਕੀ ਤਾਂ ਧੜੇਬੰਦੀ ਹੈ ਹੀ ਨਹੀਂ। ਮੈਂ ਤੁਹਾਨੂੰ ਕਿਹਾ ਇੱਕ ਵਿਚਾਰਾਂ ਦੀ ਗੱਲ ਆ, ਇੱਕ ਕਾਰਜਸ਼ੈਲੀ ਦੀ ਗੱਲ ਆ, ਇੱਕ ਉਹਦੀ ਮਤਲਬ ਕਾਰਗੁਜ਼ਾਰੀ ਦੀ ਗੱਲ ਆ। ਇਹ ਆਉਣ ਵਾਲੇ ਸਮੇਂ 'ਚ ਪੰਜਾਬ ਨੇ ਰੀਸ਼ੇਪ ਹੋਣਾ। ਹੁਣ ਤੁਸੀਂ ਮੰਨ ਲਓ ਜੀ, ਗੱਲ ਚੱਲਦੀ ਹੈ, ਮੈਂ ਸੁਣ ਰਿਹਾ ਸੀ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮੁੱਖ ਮੰਤਰੀ ਬਣਾ ਸਕਦੇ, ਬਾਜਵਾ ਦੇ ਪੱਲੇ ਕੀ ਆ? ਮਤਲਬ ਉਹਦੇ ਕੋਲ ਨੈਤਿਕ ਬਲ ਨਹੀਂ ਨਾ ਜੀ। ਅੱਜ ਤੁਸੀਂ ਇੱਥੇ ਹੋ, ਕੱਲ੍ਹ ਇੱਥੇ ਹੋ, ਤੁਹਾਡਾ ਜ਼ਿਲ੍ਹਾ ਬਣਾਉਣ ਦੀ ਗੱਲ ਕਰ ਲਈ, ਪਹਿਲੇ ਤੁਸੀਂ ਐਲਾਨ ਕਰਤਾ ਮੈਂ ਐਤਕੀ ਵਿਧਾਨ ਸਭਾ ਦੀ ਚੋਣ ਲੜੂੰਗਾ, ਮੈਂ ਇਹ ਸਾਰਾ ਕੁਝ ਕਰੂੰਗਾ। ਉਹ ਧੜੇਬਾਜ਼ ਨੀਤੀ ਉਹ ਅਪਣਾਉਣ ਦੀ ਕੋਸ਼ਿਸ਼ ਕਰਦੇ ਸੀ, ਦੁੱਲੋਂ ਵੀ ਜਾਂ ਹੋਰ ਵੀ ਕਰਦੇ ਸੀ, ਪਰ ਮੈਨੂੰ ਲੱਗਦਾ ਇੱਕ ਵਾਰ ਕਾਂਗਰਸ ਧੜਿਆਂ ਤੋਂ ਉੱਪਰ ਉੱਠ ਖੜੀ ਆਪਣੀ ਜਾਨ ਬਚਾਉਣ ਲਈ, ਐਂ ਕਹਿ ਲਓ, ਜਾਂ 22 ਦੀ ਚੋਣ ਜਿੱਤਣ ਲਈ। ਪਰ ਪਾਰਟੀਆਂ ਦੇ ਵਿੱਚ ਵਿਚਾਰਾਂ ਦਾ ਮਤਭੇਦ, ਧੜੇਬਾਜ਼ੀਆਂ ਬਣਦੀਆਂ ਟੁੱਟਦੀਆਂ ਰਹਿੰਦੀਆਂ ਨੇ, ਪਰ ਜੇ ਆਹ ਮਾਮਲੇ ਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਲਿਆ ਕਾਂਗਰਸ ਹਾਈ ਕਮਾਂਡ ਨੇ, ਇਹ ਕਾਂਗਰਸ ਨੂੰ ਬੜਾ ਸਿਆਸੀ ਤੌਰ 'ਤੇ ਫਾਇਦੇਮੰਦ ਹੋ ਸਕਦਾ। ਜਿਵੇਂ ਅਕਾਲੀ ਦਲ ਨੇ ਵੀ 17 ਸਤੰਬਰ ਨੂੰ ਪ੍ਰੋਗਰਾਮ ਕੀਤਾ ਸੀ, ਜਾ ਕੇ ਅਸੀਂ BJP ਸਰਕਾਰ ਦੇ ਉਹਨਾਂ ਨੇ ਰੋਸ ਕੀਤਾ ਸੀ, ਉੱਥੇ ਪ੍ਰਦਰਸ਼ਨ ਕੀਤਾ ਸੀ। ਹੁਣ ਅਕਾਲੀ ਦਲ ਵੀ ਸਾਈਲੈਂਟ ਹੈ, ਜਦੋਂ ਗੱਲ ਚੱਲਦੀ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਅੰਕੜਾ ਬੜਾ ਵੱਡਾ ਅਕਾਲੀ ਦਲ ਦੇ ਨਾਲ, 36 ਦਾ ਨਹੀਂ 100 ਦਾ ਹੀ ਹੈ ਤਕਰੀਬਨ, ਤਾਂ ਫਿਰ ਅਕਾਲੀ ਦਲ ਨੂੰ ਕਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਜਾਂ ਕੈਪਟਨ ਸੂ ਆਪਣਾ ਫਿੱਟ ਬੈਠਦੇ ਨੇ ਕਾਂਗਰਸ ਦੇ ਵਿੱਚ, ਹਾਲਾਂਕਿ ਨਵਜੋਤ ਸਿੰਘ ਸਿੱਧੂ ਨਾਲ ਬਣਦੇ ਨਹੀਂ, ਤਾਂ ਫਿਰ ਕਿਵੇਂ ਇਹ ਪੂਰਾ ਹੋਊਗਾ? ਨਹੀਂ, ਮੈਂ ਇਹਨੂੰ ਵਿਅਕਤੀਗਤ ਮਸਲਾ ਨਹੀਂ ਲੈਂਦਾ, ਮੈਂ ਇਹਨੂੰ ਇਹ ਦੇਖਦਾ ਵੀ ਜੇ ਉਹਨੇ ਭਾਜਪਾ 'ਚ ਰਹਿੰਦੇ ਹੋਏ ਵੀ ਅਕਾਲੀ ਦਲ 'ਤੇ ਨਿਸ਼ਾਨਾ, ਕਿਉਂਕਿ ਅਕਾਲੀ ਦਲ ਕਿਤੇ ਨਾ ਕਿਤੇ, ਚਲੋ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ, ਸੌਫਟ ਗੋਰਨਰ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦਾ ਕਿਹਾ ਜਾਂਦਾ ਅਤੇ ਸਿੱਧੂ ਨਾਲ ਹੈ ਵੀ। ਮੈਂ ਕਹਿੰਦਾ ਅੱਜ ਤਾਂ ਸਿਚੁਏਸ਼ਨ ਇਹ ਆ ਵੀ ਨਵਜੋਤ ਸਿੱਧੂ ਦੇ ਮਗਰ ਸਾਰੇ ਇਕੱਠੇ ਹੋਏ ਹੋਏ ਨੇ, ਚਾਹੇ ਆਮ ਆਦਮੀ ਪਾਰਟੀ ਲੈ ਲਓ, ਚਾਹੇ ਕੈਪਟਨ ਲੈ ਲਓ, ਚਾਹੇ ਬਾਜਵਾ ਲੈ ਲਓ, ਚਾਹੇ ਅਕਾਲੀ ਦਲ ਲੈ ਲਓ। ਤੁਸੀਂ ਇਹ ਦੇਖੋ, ਰਾਘਵ ਚੱਡਾ ਉਹ ਇੱਕ ਟਵੀਟ ਜਾਰੀ ਕਰਦਾ, ਮਤਲਬ ਕੈਪਟਨ ਦੇ ਹੱਕ 'ਚ ਬੋਲਦਾ ਅਤੇ ਇਹਦੀ ਤੁਲਨਾ ਸਿੱਧੂ ਦੀ ਰਾਖੀ ਸਾਵੰਤ ਨਾਲ ਕਰਦਾ। ਇਸ ਕਰਕੇ ਸਿੱਧੂ ਸਾਰਿਆਂ ਦੇ ਨਿਸ਼ਾਨੇ 'ਤੇ ਆ, ਇਸ ਕਰਕੇ ਨਹੀਂ ਵਿਅਕਤੀਗਤ ਕੋਈ ਰੌਲਾ, ਕਿਉਂਕਿ ਜਿਹੜੀਆਂ ਉਹ ਗੱਲਾਂ ਉਭਾਰ ਰਿਹਾ, ਮੁੱਦਿਆਂ ਦੀ ਸਿਆਸਤ, ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਸਿਆਸਤ, ਇਹਨਾਂ ਦੀ ਕਿਸੇ ਦੀ ਵੀ ਫਿੱਟ ਨਹੀਂ ਆਉਂਦੀ। ਹੁਣ ਤੁਸੀਂ ਇਹ ਦੇਖੋ ਜੀ, ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਅਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਾਂ, ਹਮਾਇਤ ਕਰਦੇ ਹਾਂ ਜੀ, ਕਾਨੂੰਨ ਵਾਪਸ ਹੋ ਜਾਣੇ ਚਾਹੀਦੇ ਨੇ, ਬਣਾਉਣ 'ਚ ਤੁਸੀਂ ਸਾਰੇ ਸਹਿਮਤ ਹੋ। ਦੂਜੀ ਗੱਲ, ਕਿਸਾਨ ਅੰਦੋਲਨ ਇਹ ਗੱਲ ਉਭਾਰਤੀ ਵੀ ਇਹ ਸੰਵਿਧਾਨ ਵਿਰੋਧੀ ਆ, ਇਹ ਗੈਰ ਕਾਨੂੰਨੀ ਆ, ਇਹ ਫੈਡਰਲ ਢਾਂਚੇ 'ਤੇ ਹਮਲਾ, ਰਾਜਾਂ ਦੇ ਹੱਕਾਂ 'ਤੇ ਹਮਲਾ। ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੋਈ ਲੈ ਰਿਹਾ ਇਹ ਪੋਜੀਸ਼ਨ? ਅਕਾਲੀ ਵੀ ਨਹੀਂ ਲੈ ਰਹੇ। ਅਕਾਲੀ ਤਾਂ ਸਮਾਂ 'ਤੇ ਪਿਛਲੇ ਸਮੇਂ 'ਚੋਂ ਜੰਮੂ ਕਸ਼ਮੀਰ ਦਾ ਸਵਾਲ ਜਦੋਂ ਆਇਆ, ਜਿਵੇਂ ਇਹਨਾਂ ਨੇ ਡਟ ਕੇ ਜੰਮੂ ਕਸ਼ਮੀਰ ਦੀ ਹਮਾਇਤ ਕੀਤੀ, ਉਹਦੇ ਤੋਂ ਇਹ ਸਮਾਂ 'ਤੇ ਵਿਚਾਰਧਾਰਕ ਤੌਰ 'ਤੇ, ਸਿਆਸੀ ਤੌਰ 'ਤੇ ਮੋਦੀ ਦੇ ਹੋਰ ਨੇੜੇ ਹੋ ਗਏ। ਇਹ ਤਾਂ ਜਿਵੇਂ ਜਿਨ ਮਨ ਹੋਰ, ਮੁੱਖ ਹੋਰ, ਸੋ ਕਾਂਢੇ ਕੱਚੇ ਆ, ਇਹ ਤਾਂ ਉਹ ਲੋਕ ਨੇ। ਇਹਨਾਂ ਨੂੰ ਕਾਲਾ ਦਿਵਸ ਮਨਾਉਣ ਦੀ ਥਾਂ ਆਪਣੇ ਅੰਦਰੋਂ ਜਿਹੜਾ ਇਹਨਾਂ ਨੇ ਕਾਲਾਪਣ ਭਰ ਲਿਆ ਫੈਡਰਲਿਜ਼ਮ ਛੱਡ ਕੇ ਮੋਦੀ ਦਾ ਰਾਸ਼ਟਰਵਾਦ ਅਪਣਾ ਕੇ, ਉਹ ਤੋਂ ਮੁਕਤ ਹੋਣ ਦੀ ਉਹਦੀ ਸਹੁੰ ਖਾਣ ਦੀ ਲੋੜ ਸੀ। ਨਹੀਂ, ਤੁਸੀਂ ਗੱਲ ਕੀਤੀ ਮਾਲੀ ਸਾਹਿਬ, ਇੱਕ ਗੱਲ ਦੱਸੋ, ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ ਸਲਾਹਕਾਰ ਲਾਏ ਗਏ, ਤੁਸੀਂ ਵੀ ਸ਼ਾਮਿਲ ਸੀ, ਕੀ ਕੁਐਸਚਨ ਕਿਵੇਂ ਰਿਹਾ ਕਿ ਕੈਪਟਨ ਨੂੰ ਸਲਾਹਕਾਰ ਰੜਕਦੇ ਸੀ? ਕਿਉਂਕਿ ਅੱਜ ਵੀ ਮੁਸਤਫਾ ਸਾਹਿਬ ਦਾ ਬਿਆਨ ਆਇਆ ਕਿ ਭਾਵੇਂ ਵੱਡੇ ਪੱਧਰ ਤੋਂ ਸੀਟਾਂ ਦੇ ਦਿੱਤੀਆਂ ਸੀ ਪੰਜਾਬ ਨੇ ਕਾਂਗਰਸ ਨੂੰ, ਪਰ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਨਹੀਂ ਮਿਲਿਆ। ਦੇਖੋ ਜੀ, ਗੱਲ ਇਹ ਆ, ਆਮ ਤੌਰ 'ਤੇ ਆਪਾਂ ਕਹਿ ਦਿੰਦੇ ਸਲਾਹਕਾਰ ਮਾੜੇ ਨੇ, ਇਹ ਤਾਂ ਜਿਹਾ ਜਿਹਾ ਬੰਦਾ ਹੋਊ ਉਹੇ ਜਿਹੇ ਉਹਨੇ ਸਲਾਹਕਾਰ ਲਾਉਣੇ ਨੇ। ਹੁਣ ਨਵਜੋਤ ਸਿੰਘ ਆ, ਉਹਨੂੰ ਕਿਵੇਂ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਦਿਸੇ? ਉਹਨੇ ਸਿਰਫ ਇਹੀ ਕਿਹਾ ਸੀ, ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਆਹ ਬੰਦਿਆਂ ਤੋਂ ਮੈਂ ਪੰਜਾਬ ਬਾਰੇ ਸਲਾਹ ਲਵਾਂ, ਤੁਹਾਡੇ ਵਿਚਾਰਾਂ ਦਾ ਕਿੰਨਾ ਫਰਕ, ਨਾ ਅਸੀਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਨਾ, ਪਰ ਉਹ ਸਾਰੇ ਕਾਸੇ ਨੂੰ ਮਰੋੜਾ ਦੇ ਕੇ, ਮਤਲਬ ਕੋਸ਼ਿਸ਼ ਕੀਤੀ ਗਈ ਵੀ ਇੱਥੇ ਵਿੱਜ ਪਾਇਆ ਜਾਵੇ। ਪੰਜਾਬ ਦੀ ਚੋਣ ਪੰਜਾਬ ਦੇ ਮੁੱਦਿਆਂ 'ਤੇ ਲੜਨ ਦੀ ਥਾਂ ਏਕਤਾ ਅਖੰਡਤਾ 'ਤੇ ਲੜੀ ਜਾਵੇ, ਕਸ਼ਮੀਰ 'ਤੇ ਲੜੀ ਜਾਵੇ, ਤਾਲਵਨ 'ਤੇ ਲੜੀ ਜਾਵੇ, ਤਾਂ ਉਹ ਸਿਚੁਏਸ਼ਨ ਬਣ ਗਈ ਸੀ। ਮੈਂ ਤਾਂ ਕਨਸੈਂਟ ਹੀ ਦਿੱਤੀ ਸੀ, ਨਾ ਕੋਈ ਅਹੁਦਾ ਲਿਆ, ਨਾ ਕੋਈ ਅਸਤੀਫਾ ਦਿੱਤਾ, ਕਨਸੈਂਟ ਦਿੱਤੀ ਸੀ, ਆਪਣੇ ਆਪ ਨੂੰ ਉਹਦੇ ਨਾਲ ਜੋੜਿਆ ਸੀ ਮੁੱਦਿਆਂ ਨਾਲ ਵੀ ਮੈਂ ਰਸਮੀ ਤੌਰ 'ਤੇ ਵੀ ਸਲਾਹ ਦਊਂ। ਮੈਂ ਆਪਦਾ ਮੋਢਾ ਪਰਾਂ ਖਿੱਚ ਲਿਆ, ਉਹਦਾ ਨੁਕਸਾਨ ਹੁੰਦਾ ਸੀ, ਅਤੇ ਸਲਾਹ ਤਾਂ ਮੈਂ ਹੁਣ ਵੀ ਦਿੰਦਾ, ਅੱਜ ਵੀ ਜੋ ਮੈਂ ਕਹਿ ਰਿਹਾ
ਮੈਰਿਜ ਸਲਾਹ ਦੇਣ ਤੇ ਤਾਂ ਕੋਈ ਰੋਕ ਨਹੀਂ ਜੀ। ਮਾਲੀ ਸਾਹਿਬ ਤੁਹਾਡਾ ਲੰਮਾ ਸਿਆਸਤ ਨੂੰ ਲੈ ਕੇ ਤਜਰਬਾ ਰਿਹਾ, ਇੱਕ ਗੱਲ ਅਸੀਂ ਮੰਨ ਲੈਂਦੇ ਹਾਂ ਵੀ ਕਾਂਗਰਸ ਪਾਰਟੀ ਹੁਣ ਮੁੱਦਿਆਂ ਦੀ ਸਿਆਸਤ ਕਰਦੀ ਹੈ, ਖਾਸ ਕਰ ਨਵਜੋਤ ਸਿੰਘ ਸਿੱਧੂ ਆਧਾਰ ਮੰਨ ਲਓ ਕਿ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਮੁੱਖ ਮੰਤਰੀ ਕੋਈ ਵੀ ਹੋਣ, ਤਾਂ ਫਿਰ ਕੀ ਜਿਵੇਂ ਮੁੱਦਿਆਂ ਦੀ ਸਿਆਸਤ ਹੁਣ ਚੱਲਦੀ ਹੈ, ਕਿਸਾਨ ਖੁਦਕੁਸ਼ੀਆਂ, ਮਜ਼ਦੂਰ ਖੁਦਕੁਸ਼ੀਆਂ, 3 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ, ਨਸ਼ਾ, ਬੇਅਦਬੀ ਦੇ ਮੁੱਦੇ, ਕੀ ਫਿਰ ਮਸਲਾ ਹੱਲ ਹੋ ਜੂਗਾ, ਕੀ ਇਨਸਾਫ਼ ਮਿਲ ਜੂਗਾ? ਨਹੀਂ ਦੇਖੋ ਜੀ, ਅਸੀਂ ਨਾ ਇਨਸਾਫ਼ ਦੀ ਸਿਆਸਤ ਨਹੀਂ ਕਰਦੇ, ਸਿਆਸਤ 'ਤੇ ਫੈਸਲਾ ਕਰਨ ਹੁੰਦੀ ਆ, ਸਿਆਸਤ ਨਹੀਂ ਮਸਲੇ ਹੱਲ ਕਰਨੇ ਹੁੰਦੇ ਨੇ, ਅਸੀਂ ਇਨਸਾਫ਼ ਦੀ ਸਿਆਸਤ ਨਹੀਂ ਕਰਦੇ। ਜੇ ਇਨਸਾਫ਼ ਦੀ ਸਿਆਸਤ ਹੋਵੇ, ਮਸਲੇ ਹੱਲ ਕਰਨ ਦੇ ਰਾਹ ਪਿਆ ਜਾ ਸਕਦਾ। ਅੱਜ ਕੁਐਸਚਨ ਕੀ ਆ, ਜੋ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ, ਪੰਜਾਬ ਨੂੰ ਬਰਬਾਦੀ ਦੇ ਰਾਹ ਤੋਂ ਰੋਕ ਕੇ ਬਚਣ ਦੇ ਰਾਹ ਪਾਉਣਾ, ਹਾਲੇ ਤਾਂ ਬਚਣ ਦੇ ਰਾਹ ਪਾਉਣ ਦੀ ਲੜਾਈ ਆ। ਇਹ ਰਾਹ ਔਖਾ ਬਹੁਤ ਆ, ਲੰਮਾ ਬਹੁਤ ਆ। 3 ਬੁਨਿਆਦੀ ਨੁਕਤੇ ਨੇ, 1 ਫੈਡਰਲਿਜ਼ਮ ਦੀ ਸਿਆਸਤ, 2 ਜਮਹੂਰੀਅਤ ਦੀ ਸਿਆਸਤ, 3 ਜਵਾਬਦੇਹੀ ਦੀ ਸਿਆਸਤ, 4 ਪਾਕਿਸਤਾਨ ਨਾਲ ਅਮਨ ਅਤੇ ਸ਼ਾਂਤੀ ਦੀ ਸਿਆਸਤ, ਅਤੇ ਪੰਜਾਬ ਦਾ ਵਿਕਾਸ ਮਾਡਲ ਬਦਲਣ ਦੀ ਸਿਆਸਤ, ਪੰਜਾਬ ਦਾ ਮਾਡਲ ਉਭਾਰਨ ਦੀ ਸਿਆਸਤ। ਇਹਨਾਂ ਮਾਮਲਿਆਂ 'ਤੇ ਨਵਜੋਤ ਸਿੰਘ ਸਿੱਧੂ ਨੇ ਵਿਚਾਰ ਜਿਹੜੇ ਪ੍ਰਗਟ ਕੀਤੇ ਨੇ, ਉਹ ਹਾਂ ਪੱਖੀ ਨੇ, ਮੈਂ ਉਹਦੇ ਵਿਚਾਰਾਂ ਦੇ ਨਾਲ ਹਾਂ ਜਦੋਂ ਤੱਕ ਇਹਨਾਂ 'ਤੇ ਚੱਲਦਾ। ਜੇ ਉਹ ਨਹੀਂ ਚੱਲ ਸਕੂਗਾ, ਬਦਲ ਜਾਊਗਾ, ਫਿਰ ਠੀਕ ਆ ਜੀ, ਫਿਰ ਅਸੀਂ ਆਪਣੀ ਰੇਸ ਆਪ ਲਾਉਂਦੇ ਰਹਾਂਗੇ। ਅਸੀਂ ਤਾਂ ਇਹਨਾਂ ਵਿਚਾਰਾਂ 'ਤੇ ਹਾਂ, ਅਤੇ ਮੈਨੂੰ ਵੀ ਪਤਾ ਵੀ ਕਾਂਗਰਸ ਪਾਰਟੀ ਦੇ ਵਿੱਚ ਮੈਂ ਕੋਈ ਕਾਂਗਰਸ ਪਾਰਟੀ ਦਾ ਵਕਾਲਤ ਨਹੀਂ ਕਰਦਾ, ਮੈਂ ਤਾਂ ਨਵਜੋਤ ਸਿੰਘ ਸਿੱਧੂ ਦੇ ਉਹਦੇ ਏਜੰਡਿਆਂ ਦੀ ਵਕਾਲਤ ਕਰਦਾ। ਜਦੋਂ ਤੱਕ ਉਹ ਖੜੂ, ਉਹਨੂੰ ਜਿੰਨੀ ਮਦਦ ਹੋ ਸਕੀ ਆ, ਵਿਚਾਰਾਂ ਦੀ ਮਦਦ ਕਰਨੀ ਆ, ਹੋਰ ਤਾਂ ਬਾਕੀ ਮਦਦ ਕਰਨੀ ਆ, ਸਲਾਹਾਂ ਦੀ ਮਦਦ ਕਰਨੀ ਆ, ਨਾਲ ਹੋਈ ਆ ਦੂਰ ਹੋਈ ਆ, ਇਹਦੇ ਨਾਲ ਕੀ ਫਰਕ ਪੈਂਦਾ, ਉਹ ਮਦਦ ਬਿਲਕੁਲ ਕਰਾਂਗੇ। ਪੰਜਾਬ ਨੂੰ ਮੁੱਦਿਆਂ ਸਾਰਿਆਂ ਦਾ ਜ਼ੋਰ ਲੱਗਿਆ ਪਿਆ, ਈਵਨ ਕਿਸਾਨ ਆਗੂ ਵੀ ਭਟਕ ਗਏ ਵੀ ਬੰਦ ਕਰ ਦਿਓ ਸਾਰੀਆਂ ਸਰਗਰਮੀਆਂ, ਮੁੱਦਿਆਂ 'ਤੇ ਸੰਵਾਦ ਚਲਾਉਣ ਦੀ ਲੋੜ ਆ। ਜਿਹੜੀ ਆਪਾਂ ਕਹਿੰਦੇ ਬੌਧਕ ਕੰਗਾਲੀ ਦੀ ਗੱਲ ਆ ਨਾ, ਬਾਬੇ ਨਾਨਕ ਦਾ ਜਿਹੜਾ ਸੰਵਾਦ ਆ ਨਾ, ਕਿਛ ਸੁਣੀਏ ਕਿਛ ਕਹੀਏ, ਉਹਨੂੰ ਅਪਣਾਉਣ ਦੀ ਲੋੜ ਆ। ਇਹਦੇ ਵਿੱਚ ਪੰਜਾਬ ਦਾ ਭਲਾ। ਮਾਲਕ ਸਾਹਿਬ ਤੁਸੀਂ ਗੱਲ ਕੀਤੀ ਸੀ ਫੈਡਰਲਿਜ਼ਮ ਦੀ, ਤੁਹਾਨੂੰ ਕੀ ਲੱਗਦਾ ਜਦੋਂ ਫੈਡਰਲਿਜ਼ਮ ਲਾਈ ਸੀ ਪਹਿਲਾਂ ਪੰਜਾਬ ਦੇ ਲੋਕਾਂ ਨੇ, ਜੋ ਲੀਡਰ ਸੀ, ਲੀਡ ਕਰ ਰਹੇ ਸੀ ਪੰਜਾਬ ਨੂੰ, ਉਹਨਾਂ ਨੂੰ ਦਿੱਤੀ ਹੋਈ ਸੀ, ਫੈਡਰਲਿਜ਼ਮ ਲੜਾਈ ਕਿਸੇ ਤੋਂ ਲੜੀ ਨਹੀਂ ਗਈ, ਅਤੇ ਹੁਣ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿਸਾਨ ਖੇਤੀ ਕਾਨੂੰਨਾਂ ਲੈ ਕੇ, ਕਿ ਲੋਕ ਆਪ ਲੜਾਈ ਲੜ ਰਹੇ ਨੇ ਫੈਡਰਲਿਜ਼ਮ ਦੀ ਹੁਣ, ਤਾਂ ਫਿਰ ਤੁਹਾਨੂੰ ਅੱਜ ਕੀ ਲੱਗਦਾ ਕਿ ਸੂਬੇ ਦੇ ਵੱਧ ਅਧਿਕਾਰਾਂ ਦੀ, ਚਾਹੇ 3 ਪਾਰਟੀਆਂ ਦੀ ਗੱਲ ਕਰ ਲਓ ਜਾਂ ਫਿਰ ਤੁਸੀਂ ਕਿਸੇ ਵਿਅਕਤੀਗਤ ਤੌਰ 'ਤੇ ਗੱਲ ਕਰ ਲਓ, ਕੌਣ ਗੱਲ ਕਰ ਸਕਦਾ ਸੂਬੇ ਦੇ ਵੱਧ ਅਧਿਕਾਰਾਂ ਦੀ ਪੰਜਾਬ ਦੇ, ਖਾਸ ਕਰਕੇ ਸੈਂਟਰ ਦੇ ਖਿਲਾਫ? ਬਹੁਤ ਬੰਦੇ ਨੇ ਜਿਹੜੇ ਫੈਡਰਲਿਜ਼ਮ ਦੀ ਗੱਲ ਕਰਦੇ ਨੇ, ਡਾਕਟਰ ਧਰਮਵੀਰ ਗਾਂਧੀ ਵੀ ਕਰਦਾ, ਹਮੀਰ ਸਿੰਘ ਵੀ ਕਰਦਾ, ਪਿਆਰੇ ਲਾਲ ਗਰਗ ਵੀ ਕਰਦੇ ਨੇ, ਸਿਆਸੀ ਪਾਰਟੀਆਂ ਦੇ ਵਿੱਚੋਂ ਅੱਜ ਨਵਜੋਤ ਸਿੰਘ ਸਿੱਧੂ ਜਿੱਡੀ ਗੱਲ ਕੋਈ ਨਹੀਂ ਕਰਦਾ। ਕਿਸਾਨ ਅੰਦੋਲਨ 1 ਮਸਲੇ 'ਤੇ ਕਰਦਾ, ਖੇਤੀ ਕਾਨੂੰਨਾਂ ਦੇ, ਪਰ ਉਹਨਾਂ ਨੂੰ ਵੀ ਫੈਡਰਲਿਜ਼ਮ ਬਾਰੇ ਪੂਰੀ ਸਪਸ਼ਟਤਾ ਨਹੀਂ ਹਾਲੇ ਵੀ ਸਿਆਸਤ ਫੈਡਰਲਿਜ਼ਮ ਦਾ ਕੀ ਮਤਲਬ ਆ। ਪਰ ਇੱਕ ਗੱਲ ਤਾਂ ਮੈਨੂੰ ਹੁਣ ਵੀ ਯਾਦ ਆ ਨਾ ਜੀ, ਜਦੋਂ ਇਹਨਾਂ ਨੇ GST ਲਾਇਆ ਸੀ, ਜਦੋਂ ਮਨਪ੍ਰੀਤ ਬਾਦਲ ਕਹਿੰਦਾ ਸੀ ਪੰਜਾਬ ਦੀਆਂ ਤਾਂ ਝੋਲੀਆਂ ਭਰ ਜਾਣਗੀਆਂ, ਇਕੱਲਾ ਨਵਜੋਤ ਸਿੰਘ ਸਿੱਧੂ ਸੀ ਜਿਹਨੇ ਕਿਹਾ ਸੀ ਮਾਰੇ ਜਾਓਗੇ, ਸੂਬੇ ਮੰਗ 'ਤੇ ਬਣ ਜਾਣਗੇ, ਮੰਗ 'ਤੇ। ਇਸ ਕਰਕੇ ਜੇ ਉਹ ਆਪਣੀਆਂ ਗੱਲਾਂ 'ਤੇ ਖੜੂ, ਲੋਕ ਉਹਨੂੰ ਸਾਥ ਦੇਣਗੇ, ਅਤੇ ਪੰਜਾਬ ਸਹੀ ਰਾਹ ਪੈ ਸਕਦਾ। ਨਹੀਂ, ਪੰਜਾਬ ਨੂੰ ਬਦਲਵੀਂ ਸਿਆਸਤ ਦੀ ਤਾਂ ਲੋੜ ਹੈਗੀ ਵਾ, ਖੇਤਰੀ ਪਾਰਟੀ ਦੀ ਤਾਂ ਲੋੜ ਹੈਗੀ ਹੋਏਗੀ ਆ। ਨਵਜੋਤ ਸਿੰਘ ਸਿੱਧੂ ਉਹ ਛੱਡ ਦੂਗਾ ਤਾਂ ਫਿਰ ਕੋਈ ਹੋਰ, ਇਹ ਤਾਂ ਹੋਰ ਵੀ ਉੱਠਦੀ ਮਰਦ ਕਾ ਚੇਲਾ। ਪੰਜਾਬ ਨੇ ਹਮੇਸ਼ਾ ਅਗਵਾਈ ਦਿੱਤੀ ਆ, ਦੇਖੋ ਕਿਸਾਨ ਅੰਦੋਲਨ 'ਚ ਅਗਵਾਈ ਦਿੱਤੀ, ਆਜ਼ਾਦੀ ਦੇ ਘੋਲ 'ਚ ਅਗਵਾਈ ਦਿੱਤੀ, ਮਤਲਬ ਤੁਸੀਂ ਜਿਹੜਾ ਫੈਡਰਲਿਜ਼ਮ ਖਾਤਰ ਅਗਵਾਈ ਦਿੱਤੀ, ਉਸ ਤੋਂ ਬਾਅਦ ਖੇਤਰੀ ਪਾਰਟੀਆਂ ਕੇਂਦਰ ਨੇ ਕੋਪਟ ਵੀ ਕਰ ਲਈਆਂ, ਕਰਪਟ ਵੀ ਕਰ ਲਈਆਂ। ਇਸ ਕਰਕੇ ਨਵੇਂ ਪ੍ਰਸੰਗ 'ਚ ਫੈਡਰਲਿਜ਼ਮ ਦੇ ਉਭਾਰ ਦੀ ਲੋੜ ਆ, ਇਸ ਤੋਂ ਬਿਨਾਂ ਕੋਈ ਚਾਰੇ ਨਹੀਂ। ਉੱਤਰਾਖੰਡ ਦੇ ਵਿੱਚ ਵੀ ਆਵਾਜ਼ ਉੱਠ ਰਹੀ ਆ, ਹੁਣ ਤਾਮਿਲਨਾਡੂ ਅਸੈਂਬਲੀ ਨੇ ਪਾਸ ਕਰਤਾ ਵੀ CCA ਲਾਗੂ ਨਹੀਂ ਕਰਾਂਗੇ। ਸੋ ਆਉਣ ਵਾਲਾ ਭਵਿੱਖ ਫੈਡਰਲਿਜ਼ਮ ਅਤੇ ਡੈਮੋਕ੍ਰੇਸੀ ਦਾ, ਫੈਡਰਲਿਜ਼ਮ 'ਤੇ ਖੜੇ ਬਿਨਾਂ ਫਾਸ਼ੀਵਾਦ ਨੂੰ ਲੜਾਈ ਨਹੀਂ ਦਿੱਤੀ ਜਾ ਸਕਦੀ, ਜਮਹੂਰੀਅਤ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ। ਪਰ ਕੇਂਦਰ ਸਰਕਾਰ ਤਾਂ ਸੂਬੇ ਦੀ ਸ਼ਕਤੀਆਂ ਦਾ ਕੇਂਦਰੀਕਰਨ 'ਤੇ ਲੱਗੀ ਹੋਈ ਹੈ, ਪਿੱਛੇ ਜੇ ਵੀ ਕਾਂਗਰਸ ਸਰਕਾਰ ਦਾ 1200 ਕਰੋੜ ਦਾ DF ਫੰਡ ਰੋਕਿਆ ਹੋਇਆ ਸੀ ਉਹਨਾਂ ਨੇ। ਅਤੇ ਮਾਲਕ ਸਾਹਿਬ ਮੇਰਾ ਇੱਕ ਆਖਰੀ ਸਵਾਲ, ਤੁਸੀਂ ਕੱਲ੍ਹ ਸੋਸ਼ਲ ਮੀਡੀਆ 'ਤੇ ਘੁੰਮਦੇ ਇੱਕ ਵੀਡੀਓ ਦੇਖੀ ਹੋਊਗੀ ਦੀਪ ਸਿੱਧੂ ਦੀ, ਉਹ ਜੋ ਕਿਸਾਨੀ ਅੰਦੋਲਨ ਆਪਣਾ ਕਿਸਾਨ ਸ਼ਹੀਦ ਹੋਏ ਨੇ ਜੋ, ਉਹਨਾਂ ਸ਼ਹੀਦਾਂ ਪਿੱਛੇ ਜੋ ਬਿਆਨ ਹੈ ਦੀਪ ਸਿੱਧੂ ਦਾ, ਤੁਹਾਡਾ ਉਸ ਬਾਰੇ ਕੀ ਕਹਿਣਾ? ਨਹੀਂ, ਮੈਂ ਤਾਂ ਵੈਸੇ ਜਾਣ ਕੇ ਸੋਸ਼ਲ ਮੀਡੀਆ 'ਤੇ ਨਹੀਂ, ਕਿਉਂਕਿ ਉਹ ਜੱਬਲੀਆਂ ਮਾਰਦਾ ਜੀ। ਪਹਿਲਾਂ ਉਹਨੇ ਕਿਸਾਨ ਅੰਦੋਲਨ 'ਚ ਇਹ ਕਹਿ ਕੇ ਵੀ ਸਭ ਤੋਂ ਵੱਡਾ ਸਿਧਾਂਤ ਕਮਾਇਆ, ਕਿੰਨਾ ਗੰਦ ਪਾਇਆ ਜੀ, ਮਤਲਬ ਕਿਸਾਨ ਅੰਦੋਲਨ ਨੂੰ ਸੰਭਲ ਗਿਆ। ਹੁਣ ਉਹ ਪੰਜਾਬ ਦੇ ਵਿੱਚ ਆ ਕੇ ਉਹੀ ਕੰਮ ਕਰ ਰਿਹਾ। ਸ਼ਹੀਦ ਦਾ ਰੁਤਬਾ ਬਹੁਤ ਵੱਡਾ, ਉਹ ਕਦ ਕਹਿੰਦੇ ਨੇ ਵੀ ਉਹ ਖਾਲਿਸਤਾਨ, ਇਹ ਉਹ ਤਾਂ ਕਹਿੰਦਾ ਸ਼ਹੀਦ ਉਹੀ ਆ ਜਿਹੜਾ ਪੁਲਿਸ ਦੀ ਗੋਲੀ ਨਾਲ ਮਰੇ ਜਾਂ ਜਿਹਨੂੰ ਸਰਕਾਰ ਫਾਂਸੀ 'ਤੇ ਚੜ੍ਹੇ। ਇਹ ਸਵਾਲ ਅਜਮੇਰ ਸਿੰਘ ਨੇ ਵੀ ਉਠਾਇਆ ਸੀ ਭਗਤ ਸਿੰਘ ਦੀ ਸ਼ਹਾਦਤ ਬਾਰੇ। ਮੈਂ ਕਹਿੰਦਾ ਅੱਜ ਲੱਖਾਂ ਲੋਕ ਨੇ, ਉਹ ਬਿਮਾਰ ਵੀ ਨੇ, ਉਹਨਾਂ ਦੀ ਸਿਹਤ ਵੀ ਆ, ਉਹ ਉੱਥੇ ਡਟੇ ਬੈਠੇ ਨੇ, ਉਹਨਾਂ ਨੂੰ ਪਤਾ ਵੀ ਅਸੀਂ ਇੱਥੇ ਮਰ ਵੀ ਸਕਦੇ ਹਾਂ,
ਕੁਦਰਤੀ ਮੌਤਾਂ ਵੀ ਹੁੰਦੀਆਂ ਨੇ, ਜੇ ਉਹ ਘਰੇ ਹੋਣ ਹੋ ਸਕਦਾ ਉਹਨਾਂ ਨੂੰ ਕਿੰਨੀਆਂ ਸਿਹਤ ਸਹੂਲਤਾਂ ਮਿਲ ਜਾਣ, ਕਿੰਨਾ ਨਾਲ ਦੀ ਨਾਲ ਉਹਨਾਂ ਨੂੰ ਸਾਂਭਿਆ ਜਾਵੇ, ਕਿੰਨਾ ਉਹਨਾਂ ਦੀ ਖਾਤਰ ਕੀਤੀ ਜਾਵੇ। ਅਤੇ ਉਹ ਕਿਸਾਨ ਅੰਦੋਲਨ ਦੇ ਸ਼ਹੀਦ ਨੇ, ਇਸ ਲੋਕ ਅੰਦੋਲਨ ਦੇ ਸ਼ਹੀਦ ਨੇ, ਇਹਨਾਂ ਨੂੰ ਮੰਨਣ ਦਾ ਕੀ ਹਰਜਾ? ਤੁਸੀਂ ਮੁਲਾਜ਼ਮ ਨੇ ਜੀ, ਮੁਲਾਜ਼ਮ ਜਾਂਦੇ ਨੇ ਮੁਜ਼ਾਹਰਾ ਕਰਨ ਜਾਂਦੇ ਨੇ, ਮੰਨ ਲਓ ਐਕਸੀਡੈਂਟ ਹੋ ਗਿਆ, ਚਿਹੜੂ ਐਕਸੀਡੈਂਟ ਹੋਇਆ ਸੀ, ਉਹਨਾਂ ਨੂੰ ਮੁਲਾਜ਼ਮ ਆਪਦੇ ਸ਼ਹੀਦ ਮੰਨਦੇ ਨੇ। ਇਸ ਲੋਕ ਅੰਦੋਲਨ ਦੇ ਸ਼ਹੀਦ ਨੇ, ਇਹਦਾ ਜਿਹੜਾ ਇਹਦੇ ਮਨ 'ਚ ਪਤਾ ਨਹੀਂ ਕੀ ਆ, ਉਹ ਸ਼ਹੀਦ ਨਾ ਮੰਨੇ ਇਹ ਇਹਨਾਂ ਨੂੰ। ਸੋ ਇਸ ਕਰਕੇ ਉਹ ਘਚੋਲਾ ਪਾਉ ਯੰਤਰ ਆ, ਪਹਿਲਾਂ ਵੀ ਆ, ਹੁਣ ਵੀ ਪਾ ਰਿਹਾ। ਉਹ ਕਿਸਾਨ ਮੋਰਚੇ ਦਾ ਖਲਨਾਇਕ ਆ, ਪੰਜਾਬ 'ਚੋਂ ਜ਼ੋਰ ਲਾ ਲਏ, ਰੈਲੇਵੈਂਟ ਨਹੀਂ ਹੋ ਸਕਦਾ। ਹਾਂ, ਕੁਛ ਨਿਹੰਗਾਂ ਦੇ ਨਾਲ ਜਾ ਕੇ ਪੰਜ ਚਾਰ ਗੁਰਦੁਆਰਿਆਂ 'ਚ ਉਹ ਬੋਲਿਆ ਹੁੰਦਾ, ਉਹ ਰੱਫੜ ਖੜਾ ਕਰਦਾ ਵੀ ਮੇਰੇ ਵੱਲ ਧਿਆਨ ਦੇਵੋ। ਮੈਂ ਤਾਂ ਕਹਿੰਦਾ ਬੜਾ ਧਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹ ਜਿਹੜੀ ਫੇਸਬੁੱਕ ਮੰਡੀਰ ਨੇ ਉਹਦਾ ਸਿਰਜਿਆ ਸੀ ਨਾ, ਕਿਆ ਬਾਤ ਆ, ਕਿਆ ਗੱਲ ਆ, ਹੁਣ ਤਾਂ ਲੱਖਾ ਸਿਧਾਣਾ ਵੀ ਕਹਿ ਗਿਆ ਵੀ ਉਹਦੇ ਨਾਲ ਨਹੀਂ ਚੱਲਿਆ ਜਾ ਸਕਦਾ। ਸੋ ਇਹ ਘਚੋਲਾ ਪਾਉ ਯੰਤਰ ਨੇ ਜੀ, ਇਹਨਾਂ ਤੋਂ ਬੜਾ ਇਹਨਾਂ ਨੂੰ ਨੋਟਿਸ ਨਹੀਂ ਲੈਣਾ ਚਾਹੀਦਾ। ਜਿਨ੍ਹਾਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ ਜਿਹੜੇ ਅੰਦੋਲਨ 'ਚ, ਉਹਦੇ ਸ਼ਹੀਦ ਨੇ ਅਤੇ ਸ਼ਹੀਦ ਰਹਿਣਗੇ। ਸੋ ਧੰਨਵਾਦ ਮਾਲਿਕ ਸਾਹਿਬ, ਤੁਸੀਂ ਕੀਮਤੀ ਸਮੇਂ ਦਾ ਸਮਾਂ ਕੱਢ ਕੇ ਜੀ ਸ਼ੁਕਰੀਆ ਸਾਡੇ ਨਾਲ। ਦਰਸ਼ਕੋ, ਇਹ ਸਨ ਸਾਡੇ ਨਾਲ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਜੀ, ਜਿਨ੍ਹਾਂ ਨੇ ਕਾਂਗਰਸ ਦੇ ਹਾਲਾਤਾਂ ਦੇ ਉੱਤੇ ਬੜੇ ਬੇਬਾਕ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਮੋੜ ਲਿਆ ਜਾ ਸਕਦਾ, ਜਾਂ ਕਾਂਗਰਸ ਪਾਰਟੀ ਦੀ ਆਪਸੀ ਖਾਨਾ ਜੰਗੀ ਹੈ, ਉਹ ਜੋ ਊਠ ਹੈ ਕਾਂਗਰਸ ਦਾ, ਉਹ ਕਿਸ ਪਾਸੇ ਵੱਲ ਕਰਵਟ ਲੈ ਸਕਦਾ। ਇਸ ਮਾਮਲੇ ਦੇ ਵਿੱਚ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਸਾਨੂੰ ਆਪਣੇ ਸੁਝਾਓ ਸਾਡੇ ਲੋਕਰਾਣਾ ਚੈਨਲ ਪੰਜਾਬੀ ਦੇ ਕਮੈਂਟ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ, ਜਾਂ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।